खैर नाल पहुँच गए हैं शहजाद हकीम लोहापाल साहब दे स्टाफ ते। अच्छा हकीम साहब दे बेटे अली और सही ए हकीम साहब दे बेटे जंदा आखदे मेरी आखरी गलती तुसा है वे मां पहली अच्छा पहली गलती है। अच्छा माशाल्लाह लाला अमजद बदोई डेरा गाजी खान तहसील कोट छोटा इतना तोरी के दोना शहजाद दवाखाना शुजाबाद तो आपको सुबह दिखाएं दे पे बस्ती सरगानी तहसील करोड़लाली सन जिला लिया दी इंशाल्लाह हे जिंदगी शाम तक तो दिखाए सो लोधरा बहावलपुर दी बस्ती सरगानी आले हो अल्लाह हाफिज दुआई जी याद रखे सो जींदे रहो से तो वापस वाला सो अगर जिंदगी वफा ना कीता तो बस कोई कुताई गलती हो तो माफ करे अल्लाह सोने दे हवाले। आ गए हैं सरदार शहबाज खान को लो ए है साडी लाडो दोतवंद भावलपुर। अस्सलाम वालेकुम। वालेकुम सलाम, क्या हाल है मुर्शिद? ठीक अल्हम्दुलिल्लाह खैर नाल तैयार थी गए वे। मैं तैयार थी गए। जुलो दुआई च रखे सो याद सद आखरी सलाम। खैर नाल अस पहुंच गए पठान होटल दे साडी जिंद ते साडी जान ए खड़ा मैं बैठा वत भी वड्डा मैं लगदा बैठा बाकी साडी जिंद दे बोली साहब पहले बई होटल ते होंदा ही पुरानी पठान होटल है वे ना उठो इता है सादियां मोहब्बत आई दे नाल कूलर भी फिट है मेरे यार दा बिया तकिया से ठीक है। अस्सलाम वालेकुम तुम्हारे दे पर YouTube चैनल कमला सरे की मैं सैयद शहर में उम्मीद करें दे सारे दोस्त आप ठीक हो सर। अस्सलाम अल्लाह और आले मोहम्मद की करम नवाजी नाल तोरे प्यार नाल तोरे दुआई नाल तोरे मोहब्बत नाल अल्हम्दुलिल्लाह ठीक है हंसते रहो बसते रहो आबाद शाद रहो लाइक फॉलो सब्सक्राइब शहबाज खान सारे नाल भावलपुर रोड दे ए सामने भावलपुर रोड वे। अस्सलाम वालेकुम भाई जान। प्रोग्राम बन गया हकीम शहजाद साहब लोहापाल ਉਹਨਾਂ ਕੋਲ ਵਹਿੰਦੇ ਪਏ ਸ਼ਹਿਜ਼ਾਦ ਭਾਈ ਸਾਹਿਬ ਕੋ ਆ ਕੇ ਤੋ ਕੋ ਅੱਜ ਇਹਨਾਂ ਨਾਲ ਮਿਲਵੈਨੇ ਹੈ ਤੇ ਵਾ ਤੱਕ ਗੱਲ ਸੁਣ ਉੱਥਾਂ ਵਹਿੰਦੇ ਉੱਥੋਂ ਦੇ ਦੇ ਮਨਾਜ਼ਰ ਮਗਰ ਅਲੱਦਾ ਵਲੌਗ ਬਣਾ ਸੁਣ ਉਹ ਤੋਂ ਨਹੀਂ ਦੇ ਤੋਲੀ ਉੱਥਾਂ ਪਹੁੰਚਦੇ ਨਾ ਉਹ ਤੋਂ ਕੋ ਮਨਾਜ਼ਰ ਦਿਖਾਉਂਦੇ ਵੈ ਸੁਣ ਜਿਹਲੇ ਉੱਥਾਂ ਪਹੁੰਚ ਵੈ ਸੁਣ ਤੋ ਕੋ ਮਨਾਜ਼ਰ ਦਿਖਾ ਸੁਣ ਵਲੌਗ ਜਿਹੜਾ ਹੈ ਉਹ ਅਲੱਦਾ ਬਣਾ ਸੁਣ। ਖੈਰ ਨਾਲ ਪਹੁੰਚ ਗਏ ਹੈ ਸ਼ਹਿਜ਼ਾਦ ਹਕੀਮ ਲੋਹਾਪਾਲ ਸਾਹਿਬ ਦੇ ਸਟਾਫ ਤੇ ਸਾਡਾ ਬਿਆ ਕੋਈ ਮਕਸਦ ਕੋ ਨਹੀਂ ਚਲੋ ਵੀ ਸਾਡਾ ਜੋ ਚੈਨਲ ਹੈ ਗੱਪਸ਼ਪ ਲਾਗਿਨ ਸੁਣ बाकी कोई रोला को नहीं तो कोना दा दिखाने पे स्टाफ और सामने ए शहीदां दे मजारन तो वेंदे पे हकीम साहब दे डेरे ते तो को उना दा डेरा दिखा सु उना दा इंटरव्यू ओ अलैदा व्लॉग ही चोसी। ਕੈਨਲ ਪਹੁੰਚ ਗਏ ਹਕੀਮ ਸਾਹਿਬ ਦੇ ਡੇਰੇ ਤੇ ਸਿਗਰਨਾ ਪੀ ਨੇ ਜਿੰਨਾ ਸਾ ਕੋਈ ਤਾਂ ਸਡਵਾਏ ਉਹਨਾਂ ਨਾਲ ਵੀ ਤੋ ਕੋ ਮਿਲਵਾਉਂਦੇ ਪਹਿਲੇ ਮਾਹੌਲ ਚੈੱਕ ਕਰੋ ਮਾਸ਼ਾਅੱਲਾ ਇਹ ਉਹਨਾਂ ਦਾ ਮਰੀਜ਼ਾਂ ਦਾ ਇਹ ਮੈਂ ਸਮਝੋ ਵੇਟਿੰਗ ਰੂਮ ਆ ਕੋ ਜੋ ਵੀ ਆ ਕੋਈ ਤਾਂ ਮੁਸਾਫਿਰ ਬਾਂਦਨ ਲੰਗਰ ਕਰੇਂਦਨ ਮਾਸ਼ਾਅੱਲਾ ਮਾਹੌਲ ਚੈੱਕ ਕਰੋ ਇਹ ਸਾਡੇ ਭਾਈ ਨ ਦੋਸਤ ਨ ਅਜ਼ੀਜ਼ਨ ਮੀਆਂ ਉਜ਼ੈਰ ਜਬਲਾ ਸਾਹਿਬ ਕੀ ਹਾਲ ਹੈ ਸਰ ਜੁਆਈ ਸੀ ਅੱਲਾਹ ਸ਼ੁਕਰ ਠੀਕ ਹੀ ਵੇ ਅਲਹਮਦੁਲਿਲਾ ਤੇ ਦੱਸੋ ਜੀ ਆ ਸਾਕੂ ਮਿਲਵਾਉਣ ਆਏ ਵੇ ਜਾਂ ਕੋ ਬਿਆ ਰੋਲਾ ਹੈ ਮਿਲਵਾਉਣ ਹੈ ਵੈਦ ਇਹ ਮਰੀਜ਼ ਹਨ ਹਕੀਮ ਸਾਹਿਬ ਦੇ ਜਿਨ੍ਹਾਂ 8-10 ਡੱਬੀਆਂ ਖਾ ਕੇ ਹਾਲੇ ਤੱਕ ਸ਼ਾਦੀ ਨਹੀਂ ਕੀਤੀ ਇਹਦੀ ਕਿਹਾ ਟਾਈਮ ਨਾਲ ਸੀ ਜੀ ਨਾ ਸ਼ਾਦੀ ਇਨਸ਼ਾਅੱਲਾ ਹਕੀਮ ਸਾਹਿਬ ਨਾਲ ਵੀ ਮਿਲਵਾ ਸੁਣਾ ਦੀ ਗੱਪਸ਼ਪ ਸੁਣਾ ਸੀ ਜਿਨ੍ਹਾਂ ਕੋਲ ਅਸਾਂ ਆਏ ਹਾਂ ਤੁਹਾਡੀ ਮਿਹਰਬਾਨੀ ਕੁਰੇਸ਼ੀ ਸਾਹਿਬ ਇਨ ਜਬਲਾ ਕੁਰੇਸ਼ੀਨ ਇਹ ਉਹਨਾਂ ਦੇ ਵੱਡੇ ਭਾਈ ਆਪਣਾ ਨਾਮ ਦੱਸਿਆ ਸੋ ਸਹੀ ਫਵਾਜ਼ ਜਬਲਾ। अच्छा माशाल्लाह ओए आए बदवे या कोई बेगाल ना ना पुरानी यारी ओ लोग साडे ते भी शक करे सन मैं गाल इंटरव्यू दी नहीं गाल कोई भाई है ना ना गाल कोई भाई है अच्छा गाल कोई भाई है गाल भाई है जरी तुसा आए खड़े वे ना गाल कोई भाई है ओए ना ए कोई पता कहनी तुसा बिजली कैप्सूल की लड़ाई खड़े वे या क्या की लड़ाई खड़े वे ए हुन तक को पता और सही असा सारे मिलन आए बंदे साडे जो कोई डेंजरस बंदा कोनी
ਅਸਾਂ ਮਜੂਨ ਵਗੈਰਾ ਕੋਈ ਨਹੀਂ ਸਕੇ ਨਾ ਅੱਛਾ ਇਹ ਹਾਫਿਜ਼ ਅਸਲਾਮ ਅਲੈਕੁਮ ਕੀ ਹਾਲ ਹੈ ਸਹੀ ਲੂਹਾਪਾਲ ਮਜੂਨ ਜੋ ਹੈ ਕਿਹੜੇ ਕਿਹੜੇ ਕੰਮ ਵਾਸਤੇ ਕੈਮਰਾਮੈਨ ਕੋ ਦੇਸੋ ਦਿੱਤਾ ਹੋਵੇ ਦਸ ਹਜ਼ਾਰ ਮਿਲਾ ਹੀ ਪਹਿਲੇ ਕੈਮਰਾਮੈਨ ਉਹ ਕੋ ਕਿਸੇ ਕਰੀ ਮਿਲੀ ਅੱਛਾ ਦੂਜਾ ਜਿਹੜਾ ਬੰਦਾ ਹੈ ਇਲਾਕੇ ਵਾਲਾ ਉਹ ਕੋ ਮੈਂ ਦਿੱਤੇ 2000 3000 ਬਕਾਇਆ ਦੇ ਅੱਛਾ ਅਸਾਂ ਸਪੈਸ਼ਲ ਇਦਾਂ ਦੱਸਣਾ ਹੈ ਅਸਾਂ ਬਦੋਈ ਸਾਹਿਬ ਕੋ ਜਾਣਦੇ ਹਾਂ ਸਹੀ ਹੈ ਬਦੋਈ ਸਾਹਿਬ ਅੱਛਾ ਆਪਣਾ ਤਾਰਫ ਆਪ ਵੀ ਕਰਵਾ ਸੋਚਾ ਲਾਲਾ ਅਮਜਦ ਬਦੋਈ ਡੇਰਾ ਗਾਜ਼ੀ ਖਾਨ ਤਹਿਸੀਲ ਕੋਟ ਛੋਟਾ ਇਤਾਂ ਤੁਹਾਡੀ ਕੀ ਦੋ ਦਾ ਸ਼ਹਿਜ਼ਾਦ ਦਵਾਖਾਨਾ ਸ਼ੁਜਾਬਾਦ ਚਲੋ ਇਤਾਂ ਤੁਹਾਡੀ ਡਿਪਟੀ ਕੀ ਹੁੰਦੀ ਹੈ ਮੇਰੀ ਡਿਪਟੀ ਆਨਲਾਈਨ ਵਰਕ ਅੱਛਾ ਮਾਸ਼ਾ ਜੀ ਮਰੀਜ਼ਾਂ ਵਿੱਚ ਤੁਸਾਂ ਜੇ ਦੋਸਤ ਆ ਵਿੱਚ ਨਾ ਮਾਸ਼ਾ ਡਿਪਟੀ ਅਸਾਂ ਦੀ ਖੜੇ ਜੱਦਾਂ ਦੇ ਆਏ ਵੇ ਹਾਂ ਸਹੀ ਸਹੀ ਦੱਸਾ ਕਿੰਨੀਆਂ ਡੱਬੀਆਂ ਖਾਦੀ ਖੜੇ ਮਜੂਨ ਨੇ ਮਜੂਨ ਹਾਏ ਹਾਏ ਇਹਦਾ 2 ਇੰਚ ਕੱਦ ਪਤਾ ਕਿਉਂ ਵਧੇ ਅੱਛਾ ਸਹੀ ਮਜੂਨ ਪਾੜ ਖਾ ਕੇ 2 ਇੰਚ ਕੱਦ ਵਧੇ ਨਾ ਠੀਕ ਹੈ ਅੱਛਾ ਨਹੀਂ ਕੱਦ ਵਧਣ ਦੀ ਦਵਾਈ ਮੈਂ ਖੰਦਾ ਵੀ ਆ ਲੰਗਰ ਖਾਨੇ ਦਾ ਨਿਜ਼ਾਮ ਹੈ ਅਸਾਂ ਆਏ ਹੈ ਔਰ ਸਾਕੋ ਬੜਾ ਇੱਥੇ ਅੱਛਾ ਲੱਗਿਆ ਕਿ ਸਾਰੇ ਮੁਸਾਫਰਾਂ ਕੋਲ ਪੁੱਛਦੇ ਵਧਿਆ ਨੇ ਵੀ ਤੁਸੀਂ ਲੰਗਰ ਕਰਨਾ ਅਸਾਂ ਕੋਨੇ ਹੀ ਕਰਨਾ ਅਸਾਂ ਕਿ ਨਹੀਂ ਜਿੰਨਾਂ ਲੋਕਾਂ ਕਰਨਾ ਹੈ ਤੁਹਾਨੂੰ ਲੰਗਰ ਕਰਵਾਏ ਨੇ ਹਕੀਮ ਸਾਹਿਬ ਆ ਗਏ ਇਨਸ਼ਾਅੱਲਾ ਹਕੀਮ ਸਾਹਿਬ ਨੂੰ ਗੱਲ ਸਾਫੀ ਲੈਸੂ ਔਰ ਹਕੀਮ ਸਾਹਿਬ ਕੋਲ ਪੁੱਛਸੂ ਵੀ ਲੂਹੇ ਪਾੜ ਦਾ ਮਕਸਦ ਕੀ ਹੈ ਤੁਸੀਂ ਸੱਚਵਾਦੀ ਮਜੂਨ ਜੋ ਹੈ ਵੀ ਕਿਹੜੇ ਕਿਹੜੇ ਫਾਇਦੇ ਵਾਸਤੇ ਮਾਸ਼ਾਅੱਲਾ ਖੈਰ ਨਾਲ ਪਹੁੰਚ ਗਏ ਲੋਧਰਾ ਸ਼ਹਿਰ ਇਹ ਲੋਧਰਾ ਸ਼ਹਿਰ ਦਾ ਚੌਕ ਹੈ ਮਾਸ਼ਾਅੱਲਾ ਬੜਾ ਖੂਬਸੂਰਤ ਫਾਈਨਲੀ ਸਹੀ ਖੈਰ ਨਾਲ ਆਪਣੀ ਮੰਜ਼ਿਲ ਮਕਸੂਦ ਤੇ ਪਹੁੰਚ ਗਏ ਹਾਲ ਸਾਡਾ ਦੇਦੇ ਪਏ ਵੇ ਜਿਨ੍ਹਾਂ ਕੋਲ ਆਏ ਬੈਠੇ ਹਾਂ ਤਾਂ ਉਹਨਾਂ ਨਾਲ ਵੀ ਮਿਲਵਾਉ ਚਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜਨਾਬ ਕੀ ਹਾਲ ਹੈ ਸਹੀ ਠੀਕ ਹੈ ਅਲਹਮਦੁਲਿਲਾ ਸਰਦਾਰ ਅਖਤਰ ਖਾਨ ਸਾਹਿਬ ਜੀ ਜੀ ਸਿੰਘ ਜੀ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਸਾਡੀ ਕਾਫੀ ਟਾਈਮ ਤੋਂ ਇੰਤਜ਼ਾਰ ਕਰਦੇ ਪਏ ਹਾਂ ਬਹੁਤ ਮਿਹਰਬਾਨੀ ਸਹੀ ਬਹੁਤ ਤੁਹਾਡੀ ਮਿਹਰਬਾਨੀ ਸਹੀ ਇੰਤਜ਼ਾਰ ਕਰ ਕਰ ਥੱਕਤ ਨਹੀਂ ਵੇਗਾ ਨਾ ਸਹੀ ਨਾ ਨਾ ਕੋਈ ਅੰਦਰ ਨਹੀਂ ਚਲੋ ਮਾਸ਼ਾਅੱਲਾ ਆ ਗਏ ਸਹੀ ਨਾ ਬੜੀ ਖੁਸ਼ੀ ਤੇ ਹੈ ਤੁਹਾਡੀ ਚਲੋ ਮਿਹਰਬਾਨੀ ਸਹੀ ਮਿਹਰਬਾਨੀ ਹਾਜੀ ਮਲਿਕ ਸ਼ਹਿਜ਼ਾਦ ਚੰਨੜ ਸਾਹਿਬ ਇਹਨਾਂ ਦੇ ਸੰਡੇਰੇ ਤੇ ਟਾਈਮ ਮੌਜੂਦ ਹੈ ਹੁਣ ਕਾਫੀ ਟਾਈਮ ਥੀ ਗਿਆ ਲੰਗਰ ਤਿਆਰ ਹੈ ਸਾਡੀ ਇੰਤਜ਼ਾਰ ਚ ਬੈਠੇ ਇਹਨਾਂ ਦੇ ਹਮਸਾਏ ਸਹੀ ਇਹ ਵੀ ਸਾਡੀ ਇੰਤਜ਼ਾਰ ਚ ਖੜੇ ਹਨ ਇੱਥੇ ਵੀਡੀਓ ਦਾ ਕਰਦੇ ਐਂਡ ਅਸਾਂ ਤੋਂ ਕੋ ਆਖਾ ਹੈ ਭਾਵਲਪੁਰ ਦੀ ਸ਼ਾਮ ਦਿਖਾਇਸੂ ਸੁਬਾ ਦਿਖਾਈ ਆਈ ਬਸਤੀ ਸਰਗਾਨੀ ਦੀ ਸ਼ਾਮ ਤੱਕ ਰਾਤ ਦਿਖਾਉਂਦੇ ਪਏ ਭਾਵਲਪੁਰ ਦੀ ਤਾਂ ਇਹ ਵੀਡੀਓ ਦਾ ਕਰਦੇ ਇੱਥੇ ਐਂਡ ਅਗਰ ਹੈ ਜ਼ਿੰਦਗੀ ਜੀਂਦੇ ਰਹੋ ਸੇ ਕੱਲ੍ਹ ਇਨਸ਼ਾਅੱਲਾ ਨਵੀਂ ਵੀਡੀਓ 'ਚ ਮਿਲ ਸੋ ਤਣੀ ਅੱਲਾ ਸੋਹਣੇ ਦੇ ਵਾਲੇ ਪਾਕਿਸਤਾਨ ਜ਼ਿੰਦਾਬਾਦ।